ਸਵਾਗਤ ਹੈ ਜੀ ਸਾਰੇ ਵੀਰਾਂ ਭਰਾਵਾਂ ਦਾ ਆਪਣੀ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੁਣਾਵਾਂਗੇ ਅਮਰ ਸਿੰਘ ਚਮਕੀਲਾ ਜੀ ਬਾਰੇ ਸੱਚੀ ਘਟਨਾ ਉਹਨਾਂ ਦੇ ਸੰਘਰਸ਼ ਦੇ ਦਿਨਾਂ ਦੀ ਸੱਚੀ ਘਟਨਾ ਤੇ ਵੀਡੀਓ ਨੂੰ ਬਿਲਕੁਲ ਸਕਿੱਪ ਨਾ ਕਰਿਓ ਲਾਸਟ ਤੱਕ ਵੀਡੀਓ ਦੇਖਿਓ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਤੇ ਚਲੋ ਆਪਾਂ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਦੇ ਆ ਉਹ ਗੱਲ ਇਹਦਾ ਜਦੋਂ ਚਮਕੀਲਾ ਸੰਘਰਸ਼ ਕਰਦਾ ਸੀ ਜੀ ਗੀਤ ਗਾਉਣ ਵਾਲਾ ਨਹੀਂ ਬਣਿਆ ਸੀ ਉਦੋਂ ਦੀ ਇਹ ਘਟਨਾ ਹੈ ਜੀ ਉਹ ਇੱਕ ਵਾਰ ਸੈਂਕਲ ਤੇ ਜਾ ਰਿਹਾ ਸੀ ਤੇ ਅਚਾਨਕ ਗਰੀਬੀ ਦੇ ਦਿਨਾਂ ਦੇ ਵਿੱਚ ਉਹਦਾ ਸਾਈਕਲ ਪੈਂਚਰ ਹੋ ਜਾਂਦਾ ਉਹਦਾ ਸਾਈਕਲ ਪੈਂਚਰ ਜਦੋਂ ਹੋ ਜਾਂਦਾ ਤੇ ਉਹ ਲੱਗੇ ਕੋਈ ਸਾਈਕਲਾਂ ਵਾਲੀ ਦੁਕਾਨ ਸੀ ਉਹ ਸਾਈਕਲ ਵਾਲੀ ਦੁਕਾਨ ਤੇ ਗਿਆ ਤੇ ਬਾਈ ਨੂੰ ਕਹਿਣ ਲੱਗਾ ਸਾਈਕਲ ਵਾਲੇ ਨੂੰ ਬਾਈ ਇਸ ਤਰ੍ਹਾਂ ਮੈਂ ਸਾਈਕਲ ਮੇਰਾ ਪੈਂਚਰ ਹੋ ਗਿਆ ਤੇ ਤੁਸੀਂ ਮੇਰੇ ਸਾਈਕਲ ਨੂੰ ਪੈਂਚਰ ਲਾ ਦਿਓ ਤੇ ਅੱਜ ਮੇਰੇ ਕੋਲ ਪੈਸੇ ਨਹੀਂਗੇ ਮੈਂ ਪੈਸੇ ਫੇਰ ਕਿਸੇ ਦਿਨ ਦੇ ਦੇਵਾਂਗਾ ਤੁਹਾਨੂੰ ਤੇ ਮਿੰਟ ਮਿੰਟ ਕਰਕੇ ਵਿਚਾਰੇ ਨੇ ਉਹਨੂੰ ਕਿ ਸਾਈਕਲ ਨੂੰ ਪੈਂਚਰ ਲਾਉਣ ਲਈ ਦੁਕਾਨਦਾਰ ਨੂੰ ਕਿਹਾ ਦੁਕਾਨਦਾਰ ਨੇ ਕੁਝ ਟਾਈਮ ਸੋਚ ਕੇ ਦਿਮਾਗ ਦੇ ਵਿੱਚ ਤੇ ਸੋਚ ਵਿਚਾਰ ਕਰਕੇ ਉਹਨੇ ਨਾ ਪੈਂਚਰ ਲਾ ਦਿੱਤਾ ਜੀ ਉਹ ਚਮਕੀਲੇ ਦੇ ਸਾਈਕਲ ਨੂੰ ਪੈਂਚਰ ਲਾ ਦਿੱਤਾ ਤੇ ਚਮਕੀਲਾ ਬਹੁਤ ਖੁਸ਼ੀ-ਖੁਸ਼ੀ ਉੱਥੋਂ ਪੈਂਚਰ ਲਵਾ ਕੇ ਤੁਰਾ ਕੇ ਚਲਾ ਗਿਆ ਇਦਾਂ ਹੀ ਇੱਕ ਇਦਾਂ ਹੀ ਇੱਕ ਵਾਰ ਫੇਰ ਚਮਕੀਲੇ ਦੇ ਸਾਈਕਲ ਦਾ ਜਿਹੜਾ ਟਾਇਰ ਸੀ ਤੇ ਟਾਇਰ ਪਾੜ ਜਾਂਦਾ ਟੂਬ ਵੀ ਪਾੜ ਜਾਂਦੀ ਉਹ ਫੇਰ ਬਾਈ ਉੱਥੇ ਜਾਂਦਾ ਤੇ ਵੇਖੋ ਕਿਸਮਤ ਦੇ ਖੇਡ ਉਸ ਦਿਨ ਵੀ ਚਮਕੀਲੇ ਦੇ ਕੋਲ ਪੈਸੇ ਬਿਲਕੁਲ ਹੈ ਨਹੀਂ ਸੀ ਉਹ ਦੁਕਾਨਦਾਰ ਕੋਲ ਜਾਂਦਾ ਤੇ ਦੁਕਾਨਦਾਰ ਕੋਲ ਫੇਰ ਮਿਹਨਤ ਕਰਦਾ ਬਾਈ ਜੀ ਆਣਾ ਆਪਣਾ ਪਹਿਲਾਂ ਵੀ ਆਪਾਂ ਤੁਹਾਡੇ ਕੋਲ ਪੈਂਚਰ ਰਵਾਇਆ ਅੱਜ ਇਸ ਤਰ੍ਹਾਂ ਜਮੇ ਰਹਾ ਨਾ ਟਾਇਰ ਤੇ ਟੂਬ ਦੋਵੇਂ ਪਾੜ ਗਏ ਆ ਤੇ ਤੁਸੀਂ ਮੈਨੂੰ ਮੜਾ ਜਾ ਜਿਗਾਰਡ ਕਰ ਦਿਓ ਵੀ ਮੈਂ ਪੈਸੇ ਅੱਜ ਮੇਰੇ ਕੋਲ ਹੈ ਨਹੀਂਗੇ ਉਹ ਬਾਈ ਫੇਰ ਵਿਚਾਰਾ ਤਰਸ ਖਾ ਗਿਆ ਇਹਦੇ ਦੇ ਚਮਕੀਲੇ ਤੇ ਉਹਨੇ ਤਰਸ ਖਾ ਕੇ ਤੇ ਫੇਰ ਉਹਨੇ ਵਿਚਾਰੇ ਨੇ ਇਹਦੇ ਪੈਂਚਰ ਲਾਤਾ ਜਿਗਾਰਡ ਜਗੂੜ ਕਰਕੇ ਪੁਰਾਣੇ ਟਾਇਰ ਲੱਬ ਕੇ ਟੂਬ ਲੱਬ ਕੇ ਪ੍ਰਾਣੀ ਤੇ ਬਾਈ ਨੂੰ ਚਮਕੀਲੇ ਨੂੰ ਤੁਰਦਾ ਕਰ ਦਿੱਤਾ ਸਾਈਕਲ ਨੂੰ ਚੱਲਦਾ ਕਰ ਦਿੱਤਾ ਤੇ ਬਾਈ ਨੇ ਫਿਰ ਉਸ ਦਾ ਬੜਾ ਧੰਨਵਾਦ ਕੀਤਾ ਅਮਰ ਸਿੰਘ ਚਮਕੀਲੇ ਨੇ ਖੈਰ ਸਮੇ ਸਮੇ ਦੀ ਗੱਲ ਹੈ ਜੀ ਹਾਲਾਤਾਂ ਦਾ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਲੈ ਜਾਣ ਮੁੰਡੇ ਨੂੰ ਕਦੇ ਕਿੱਥੇ ਲੈ ਜਾਣ ਇਹ ਤਾਂ ਟਾਈਮ ਹੀ ਦੱਸਦਾ ਉਸ ਤੋਂ ਬਾਅਦ ਵੇਖੋ ਕਿਸਮਤ ਨੇ ਇਹੋ ਜਿਹਾ ਢੇੜਾ ਖਾਦਾ ਚਮਕੀਲਾ ਸਾਹਿਬ ਦੀ ਕਿਸਮਤ ਨੇ ਚਮਕੀਲਾ ਸਾਹਿਬ ਬਹੁਤ ਵੱਡੇ ਸਟਾਰ ਬਣ ਗਏ ਤੇ ਅਚਾਨਕ ਇੱਕ ਦਿਨ ਉਥੋਂ ਸਟਾਰ ਜਦੋਂ ਬਣ ਗਿਆ ਚਮਕੀਲਾ ਅਚਾਨਕ ਇੱਕ ਦਿਨ ਉਥੋਂ ਚਮਕੀਲਾ ਲੰਘਿਆ ਤੇ ਉਹਦੇ ਮਨ ਦੇ ਵਿੱਚ ਉਹੀ ਸਾਈਕਲਾਂ ਵਾਲੇ ਦਾ ਖਿਆਲ ਆਇਆ ਤੇ ਉਹਨੇ ਸੋਚਿਆ ਯਾਰ ਕਿਉਂ ਨਾ ਮੈਂ ਬਾਈ ਉਹ ਉਸ ਬੰਦੇ ਨੇ ਮੇਰੀ ਇੰਨੀ ਮਦਦ ਕੀਤੀ ਸੀ ਮੈਂ ਇੱਕ ਵਾਰ ਉਹਨੂੰ ਮਿਲ ਕੇ ਤਾਂ ਆਵਾਂ ਉਹਦਾ ਪਤਾ ਲੈ ਕੇ ਆਵਾਂ ਤੇ ਬਾਈ ਚਮਕੀਲਾ ਜਦੋਂ ਸਾਈਕਲ ਵਾਲੀ ਦੀ ਦੁਕਾਨ ਤੇ ਗਿਆ ਤੇ ਉਹ ਸਾਈਕਲਾਂ ਵਾਲੇ ਨੂੰ ਸਾਰੀ ਉਹਨੇ ਗੱਲ ਦੱਸੀ ਬਇਸ ਤਰ੍ਹਾਂ ਮੈਂ ਉਹੀ ਬੰਦਾ ਵਾਂ ਬਈ ਜਿਹੜਾ ਤੁਹਾਡੇ ਤੋਂ ਮੈਂ ਪੈਂਚਰ ਦਾ ਉਧਾਰ ਲਵਾ ਕੇ ਜਾਂਦਾ ਸੀ ਕਿ ਤੁਸੀਂ ਮੇਰਾ ਉਧਾਰ ਪੈਂਚਰ ਵੀ ਲਾਇਆ ਸੀ ਮੈਨੂੰ ਟਾਇਰ ਟੂਬ ਪਾ ਕੇ ਦਿੱਤਾ ਸੀ ਬਾਈ ਨੂੰ ਜਦੋਂ ਇੰਨੀ ਗੱਲ ਦੱਸੀ ਚਮਕੀਲਾ ਸਾਹਿਬ ਨੇ ਤਾਂ ਬਹੁਤ ਖੁਸ਼ ਹੋਏ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਤੋਂ ਬਾਅਦ ਬਾਈ ਨੂੰ ਬਹੁਤ ਪਿਆਰ ਨਾਲ ਮਿਲੇ ਬੈਠੇ ਚਾਹ ਪਾਣੀ ਪੀਤਾ ਤੇ ਬਾਈ ਨੇ ਉਹਨਾਂ ਨੂੰ 5000 ਰੁਪਇਆ ਦਿੱਤਾ ਬਾਈ ਅਮਰ ਸਿੰਘ ਚਮਕੀਲੇ ਨੇ ਉਹਨਾਂ ਨੂੰ 5000 ਰੁਪਇਆ ਦਿੱਤਾ ਵੇਖੋ ਕਿੰਨੀ ਖੁਸ਼ੀ ਦੀ ਗੱਲ ਆ ਕਿੰਨੀ ਵਧੀਆ ਸਟੋਰੀ ਆ ਜਦੋਂ 5000 ਰੁਪਇਆ ਬਾਈ ਨੇ ਉਹਨਾਂ ਨੂੰ ਦਿੱਤਾ ਤੇ ਉਹ ਬਾਈ ਨੇ 5000 ਰੁਪਇਆ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ 2000 ਰੁਪਇਆ ਚਮਕੀਲਾ ਜੀ ਨੂੰ ਵਾਪਸ ਕਰ ਦਿੱਤਾ ਸੀ ਤੇ 3000 ਰੁਪਇਆ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਸੀ ਉਸ ਤੋਂ ਬਾਅਦ ਫੇਰ ਬਾਈ ਨੂੰ ਪਤਾ ਲੱਗਾ ਇੱਕ ਵਾਰ ਵੀ ਉਹ ਬੰਦਾ ਬੰਦੇ ਦੀ ਜਿਹੜੀ ਸਾਈਕਲਾਂ ਵਾਲੇ ਦੀ ਆਰਥਿਕ ਹਾਲਤ ਜਿਹੜੀ ਬਹੁਤ ਮਾੜੀ ਹੋ ਗਈ ਸੀ ਵਿਚਾਰੇ ਦੀ ਦਿਨ ਮਾੜੇ ਆ ਗਏ ਸੀ ਘਰ ਇਹ ਵੀ ਉਹਨਾਂ ਦੇ ਘਰ ਦੇ ਜੀਵ ਬਿਮਾਰ ਹੋ ਗਏ ਬੱਚੇ ਵੀ ਬਿਮਾਰ ਹੋ ਗਏ ਤੇ ਕੁਝ ਇਦਾਂ ਦੇ ਬੋਝ ਉਹਦੇ ਤੇ ਬਹੁਤ ਜ਼ਿਆਦਾ ਸੀ ਦੁਕਾਨ ਦੇ ਵਿੱਚ ਸਮਾਨ ਹੈ ਨਹੀਂ ਰਹਿ ਗਿਆ ਉਹਦੇ ਦੇਣੇ ਮਾੜੇ ਜਾਦੇ ਦਿਨ ਆ ਗਏ ਸੀ ਉਸਦੇ ਕਹਿਣ ਦਾ ਮਤਲਬ ਬਾਈ ਜਦੋਂ ਬਾਈ ਚਮਕੀਲੇ ਨੂੰ ਪਤਾ ਲੱਗਾ ਤੇ ਬਾਈ ਚਮਕੀਲੇ ਨੇ ਖੁਦ ਜਾ ਕੇ ਬਾਈ ਉਸ ਨੂੰ 5000 ਰੁਪਏ ਦੀ ਰਾਸ਼ੀ ਦਿੱਤੀ ਉਸ ਟਾਈਮ ਦੇ ਵਿੱਚ 5000 ਰੁਪਇਆ ਬਹੁਤ ਵੱਡਾ ਵੱਡੀ ਰਕਮ ਮੰਨੀ ਜਾਂਦੀ ਸੀ ਤੇ ਬਾਈ ਨੇ 5000 ਰੁਪਏ ਦੀ ਉਸ ਇਨਸਾਨ ਦੀ ਮਦਦ ਕੀਤੀ ਤੇ ਉਹ ਵੀਰ ਬਹੁਤ ਖੁਸ਼ ਹੋਇਆ ਸੋ ਦੇਖੋ ਕਿਸਮਤ ਦੇ ਬਾਈ ਰੰਗ ਆਏ ਠੀਕ ਆ ਬੰਦੇ ਦਾ ਕੋਈ ਪਤਾ ਨਹੀਂ ਲੱਗਦਾ ਪਰਮਾਤਮਾ ਦਾ ਕੋਈ ਪਤਾ ਨਹੀਂ ਲੱਗਦਾ ਪਰ ਰੱਬ ਕਿਹੜੇ ਟਾਈਮ ਆਪਣੇ ਕੋਲ ਕਿਸ ਰੂਪ ਵਿੱਚ ਆ ਜਾਵੇ ਤੇ ਆਪਾਂ ਨੂੰ ਹਰੇਕ ਬੰਦੇ ਦੀ ਹੈਲਪ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਗਰੀਬ ਆ ਬੇਸਹਾਰਾ ਵਾ ਕੋਈ ਬਜ਼ੁਰਗ ਆ ਕੋਈ ਬੱਚਾ ਵਾ ਉਹਨੋ ਕੋਈ ਤਕਲੀਫ ਵਿੱਚ ਜਦੋਂ ਆਪਾਂ ਦੇਖਦੇ ਆਂ ਤੇ ਉਸ ਦੀ ਜਰੂਰ ਹੈਲਪ ਕਰੋ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਆਪਣਾ ਆਪਾ ਹੈਲਪ ਦੇ ਵਿੱਚ ਜਰੂਰ ਯੋਗਦਾਨ ਪਾਈਏ ਕਰੀਏ ਜਿੰਨੇ ਜੋਗੇ ਵੀ ਹੈਗੇ ਆ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਤੁਸੀਂ ਸਾਡੇ ਨਾਲ ਆਪਣਾ ਕਮੈਂਟ ਸਾਂਝਾ ਕਰਿਓ ਜੁੜੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਜੀ ਧੰਨਵਾਦ ਜੀ ਫਿਰ ਮਿਲਦੇ ਆਂ ਕਿਸੇ ਨਵੇਂ ਸਟੋਰੀ ਦੇ ਨਾਲ ਸ਼ੁਕਰੀਆ ਜੀ